ਅੱਜ ਤੋਂ ਕਰੀਬਨ 25 ਸਾਲ ਪਹਿੰੋ ਜਦੋਂ ਮੈਂ BC ਚਿਲਡਰਨਸ ਹਸਪੀਟਲ ਵੈਂਕੂਵਰ ਕੰਮ ਕਰਦਾ ਸੀ ਉਦੋਂ ਕੁੜੀਆਂ ਦੀ ਉਮਰ 9 ਸਾਲ ਤੇ ਮੁੰਡਿਆਂ ਦੀ ਉਮਰ 10 ਸਾਲ ਦੱਸੀ ਜਾਂਦੀ ਸੀ ਵੀ ਇਹ ਘੱਟ ਤੋਂ ਘੱਟ ਏਜ ਆ ਜਦੋਂ ਪਿਊਬਰਟੀ ਸਟਾਰਟ ਹੋ ਸਕਦੀ ਆ ਹੁਣ ਜਿਹੜੀ ਕੁੜੀਆਂ ਦੀ ਉਮਰ 8 ਸਾਲ ਦੀ ਦੱਸੀ ਜਾ ਰਹੀ ਆ ਤੇ ਮੁੰਡਿਆਂ ਦੀ 9 ਸਾਲ ਜਿਹੜੇ ਮੁੰਡੇ ਆ ਕਰੀਬਨ ਜਦੋਂ 2-3 ਸਾਲ ਪਿਊਬਰਟੀ ਦੇ ਥਰੂ ਨੰਗਣ ਤੇ ਕਈ ਵਾਰ ਰਾਤ ਨੂੰ ਉਹਨਾਂ ਨੂੰ ਜਿਵੇਂ ਇਜੈਕੂਲੇਸ਼ਨ ਵੀ ਹੁੰਦਾ ਔਰ ਇਹ ਨਾਰਮਲ ਹੁੰਦਾ ਇਹਦੇ ਵਿੱਚ ਬਾਡੀ ਪ੍ਰੀਪੇਅਰ ਕਰ ਰਹੀ ਹੁੰਦੀ ਆ ਕਿ ਜਿਹੜਾ ਸਿਸਟਮ ਹੈ ਪੂਰੀ ਤਰ੍ਹਾਂ ਉਹ ਕੰਮ ਕਰਦਾ ਕਿ ਨਹੀਂ ਕਰਦਾ ਉਹ ਕੁਦਰਤ ਦਾ ਮਨੋਰਥ ਹੈ ਕਿ ਵੀ ਜਵਾਨ ਹੋ ਕੇ ਗਾਂ ਇਨ੍ਹਾਂ ਦੇ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਇਹਨਾਂ ਤੋਂ ਬੱਚੇ ਪੈਦਾ ਹੋਣ ਲੇਕਿਨ ਓਵਰ ਆਲ ਜਿਹੜੇ ਹੈਗੇ ਆ ਅਸੀਂ ਦੇਖ ਰਹੇ ਹਾਂ ਵਰਲਡ ਪੱਧਰ ਤੇ ਵੀ ਜਿਹੜੀ ਹਰ ਕੰਟਰੀ ਦੇ ਵਿੱਚ ਪਿਬਰਟੀ ਦੀ ਦਰ ਆ ਉਹ ਛੇਤੀ ਹੋ ਰਹੀ ਹੁਣ 2 ਸਾਲ ਦੀ ਬੱਚੀ ਉਹਨੂੰ ਕੀ ਪਤਾ ਹਨਾ ਵੀ ਮੇਰੇ ਨਾਲ ਸਰੀਰ 'ਚ ਕੀ ਹੋ ਰਿਹਾ ਸੋ ਉਹਦੀ ਮਾਨਸਿਕਤਾ ਤੇ ਅਸਰ ਪੈਂਦਾ रिसर्च ਸਾਨੂੰ ਇਹ ਸ਼ੋਅ ਕਰਦਾ ਵੀ ਕੁੜੀਆਂ ਜਿਹੜੀਆਂ ਬਹੁਤ अर्ਲੀ ਪਿਊਬਰਟੀ ਦੇ ਥਰੂ ਜਾਂਦੀਆਂ ਉਹਨਾਂ ਦੇ ਮਨ ਦੇ ਉੱਤੇ ਬੜਾ ਸਟ्रेस ਹੁੰਦਾ ਬੋਝ ਹੁੰਦਾ ਕਈ ਵਾਰ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ ਜਿਵੇਂ ਲਿੰਗਿਕ ਸ਼ੋਸ਼ਣ ਵੀ ਹੁੰਦਾ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਵਾਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪਲੱਸ ਟੀਵੀ ਔਰ ਤੁਹਾਡੇ ਹੈਲਥ ਬਾਰੇ ਅਸੀਂ ਆ ਗਏ ਹਾਂ ਗੱਲਬਾਤ ਕਰਨ ਹੈਲੋ ਡਾਕਟਰ ਤੁਹਾਡੇ ਲਈ ਇੱਕ ਨਵਾਂ ਨਵੇਕਲਾ ਸ਼ੋਅ ਲੈ ਕੇ ਆ ਰਹੇ ਹਾਂ ਔਰ ਬੜਾ ਹੀ ਪਿਆਰਾ ਔਰ ਤੁਹਾਡੇ ਜਿਹੜੇ ਵੀ ਇਸ ਮੈਡੀਕਲ ਖੇਤਰ ਖਾਸ ਕਰਕੇ ਬੱਚਿਆਂ ਦੇ ਨਾਲ ਸਵਾਲ ਜੁੜੇ ਆ ਉਹਦੇ ਉੱਤੇ ਵਿਸ਼ੇ ਨਵੇਂ ਵਿਸ਼ੇ ਔਰ ਜਿਹੜਾ ਵਿਸ਼ਾ ਅੱਜ ਮੈਂ ਲੈ ਕੇ ਆ ਰਿਹਾ ਤੁਹਾਡੇ ਲਈ ਮੈਂ ਵੀ ਕਦੀ ਡਿਸਕਸ ਨਹੀਂ ਕੀਤਾ ਔਰ ਬਹੁਤ ਮੈਂ ਸਤਕਾਰ ਦਿੰਦਾ ਵੀ ਇਹਨਾਂ ਦੀ ਟੀਮ ਨੇ ਸਾਨੂੰ ਅਪਰੋਚ ਕੀਤਾ ਵੀ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਵਿਸ਼ੇ ਦਾ ਨਾਮ ਹੈਗਾ ਪਿਊਬਰਟੀ ਪ ਯੂ ਬੀ ਆਰਟੀ ਮੀਨਸ ਜਦੋਂ ਬੱਚਾ ਜਵਾਨ ਹੋਣ ਲੱਗਦਾ ਸੋ ਇਹਦੇ ਬਾਰੇ ਜਿਹੜੀ ਹੈਗੀ ਆਪਾਂ ਕਈ ਵਾਰ ਸੁਣਦੇ ਆ ਕਰਾਂ ਵਿੱਚ ਗੱਲਾਂ ਨਹੀਂ ਹੁੰਦੀਆਂ ਲੇਕਿਨ ਮੈਂ ਚਾਹਨਾ ਖੁੱਲ ਕੇ ਗੱਲਬਾਤ ਹੋਵੇ ਤਾਂ ਕਿ ਇਨਫੋਰਮੇਸ਼ਨ ਪੈਰੈਂਟਸ ਕੋ ਵੀ ਹੋਵੇ ਬੱਚਾ ਕੋ ਵੀ ਹੋਵੇ ਸੋ ਦੇਖੋ ਜਦੋਂ ਅਸੀਂ ਪੈਦਾ ਹੁੰਦੇ ਆ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਵੱਡੇ ਹੁੰਦੇ ਆ ਔਰ ਹਰ ਇੱਕ ਨੇ ਜਵਾਨਤਾ ਹੋਣਾ ਔਰ ਪਿਊਬਰਟੀ ਜਿਹੜੀ ਹੈਗੀ ਆ ਕੁੜੀਆਂ 'ਚ ਸਾਲ ਕਪੇਲੋ ਸਟਾਰਟ ਹੋ ਜਾਂਦੀ ਆ ਮੁੰਡਿਆਂ 'ਚ ਸਾਲ 2 ਸਾਲ ਬਾਅਦ ਸਟਾਰਟ ਹੁੰਦੀ ਆ ਜਿਹੜਾ ਆਸਤ ਵਕਤ ਹੈਗਾ ਯਾ ਟਾਈਮ ਹੈਗਾ ਐਵਰੇਜ ਟਾਈਮ ਕੁੜੀਆਂ ਦੇ ਵਿੱਚ ਕਰੀਬਨ 8 ਤੋਂ 10 ਸਾਲ ਦੇ ਵਿੱਚ ਮੁੰਡਿਆਂ 'ਚ 9 ਤੋਂ 11 ਸਾਲ ਦੇ ਵਿੱਚ ਦੱਸਿਆ ਗਿਆ। ਅਗਰ ਅਸੀਂ ਕੋਈ ਵੀ ਗੁੱਡੀ 8 ਸਾਲ ਤੋਂ ਪਹਿਲਾਂ ਉਹਦੇ ਵਿੱਚ ਪਿਊਬਰਟੀ ਸਟਾਰਟ ਹੁੰਦੀ ਆ ਤੇ ਸਾਨੂੰ ਮੋਨੀਟਰ ਕਰਨਾ ਪੈਂਦਾ ਵੀ ਕੋਈ ਹੋਰ ਵਜ੍ਹਾ ਤਾਂ ਨਹੀਂ ਆ। ਅਗਰ ਕੋਈ ਵੀ ਮੁੰਡਾ ਆ 9 ਸਾਲ ਤੋਂ ਪਹਿਲਾਂ ਪਿਊਬਰਟੀ ਸਟਾਰਟ ਹੁੰਦੀ ਆ ਤੇ ਸਾਨੂੰ ਮੋਨੀਟਰ ਕਰਨਾ ਪੈਂਦਾ ਵੀ ਕੋਈ ਹੋਰ ਵਜ੍ਹਾ ਨਾ ਹੋਵੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਆ ਪ੍ਰੀਕੋਸ਼ੀਅਸ ਪਿਊਬਰਟੀ ਪ੍ਰੀ-ਆਰ-ਈ-ਸੀ-ਓ-ਸੀ-ਆਈ-ਓ-ਯੂ-ਐਸ ਪਿਊਬਰਟੀ। ਹੁਣ ਜਿਹੜਾ ਸਾਡਾ ਬ੍ਰੇਨ ਹੈਗਾ ਸਾਡਾ ਦਿਮਾਗ ਹੈਗਾ ਉਹਦੇ ਵਿੱਚ ਇੱਕ ਹਾਰਮੋਨ ਹੁੰਦਾ ਜਿਹਦਾ ਨਾਮ ਹੈਗਾ ਜੀ ਐਨ ਆਰ ਐਚ ਗੋਨੇਡੋਟ੍ਰੋਪਿਕ ਰਿਲੀਜ਼ ਹਾਰਮੋਨ ਉਹ ਜਿਹੜੀ ਗੁੱਡੀਆਂ ਦੇ ਵਿੱਚ ਜਿਹੜੇ ਬੱਚੇਦਾਨੀ ਜਿਹਨੂੰ ਆਪਾਂ ਯੂਟਰਸ ਕਹਿੰਦੇ ਆ ਉਹਦੇ ਨਾਲ ਓਵਰੀਸ ਹੁੰਦੇ ਆ ਜਿੱਥੋਂ ਅੰਡੇ ਬੰਦੇ ਆ ਉਹਦੇ ਉੱਤੇ ਐਕਟ ਕਰਕੇ ਹਾਰਮੋਨ ਬਣਾਉਂਦਾ ਜਿਹਦੇ ਨਾਲ ਉਹਨਾਂ ਦਾ ਵਿਕਾਸ ਹੁੰਦਾ ਜਿਵੇਂ ਛਾਤੀ ਜਿਹੜੀ ਹੈਗੀ ਆ ਉਹ ਬੰਨੀ ਸ਼ੁਰੂ ਹੁੰਦੀ ਆ ਕੱਚਾ ਜੇ ਮਰਮੂਰਾ ਦੇ ਬਗਲਿਆਂ 'ਚ ਔਰ ਥੱਲੇ ਜਿਹੜੇ ਪ੍ਰਾਈਵੇਟ ਪਾਰਟ ਆ ਉੱਥੇ ਬਾਲੋਨੇਸ਼ੋਰੀ ਹੁੰਦੇ ਆ ਇਹ ਪ੍ਰੋਸੈਸ ਕਰੀਬਨ 1-2 ਸਾਲ ਚੱਲਦਾ ਚੱਲਦਾ ਉਹਦੇ ਬਾਅਦ ਫਿਰ ਪੀਰੀਅਡ ਸ਼ੁਰੂ ਹੁੰਦਾ ਜਿਹਨੂੰ ਅੰਗਰੇਜ਼ੀ ਚ ਆਪਾਂ ਮੀਨਾਰ ਕੇ ਕਹਿੰਦੇ ਆ ਐਮ ਈ ਐਨ ਏ ਆਰ ਸੀ ਐਚੀ ਉਹਦੇ ਬਾਅਦ ਕਰੀਬਨ 2 ਸਾਲ ਤੱਕ ਹੋਰ ਗਰੋਥ ਹੁੰਦੀ ਆ ਸੋ ਟੋਟਲ ਕਰੀਬਨ 4-5 ਸਾਲ ਤੱਕ ਜਿਹੜੀ ਹੈਗੀ ਆ ਬੱਚੇ ਦੀ ਗਰੋਥ ਹੁੰਦੀ ਆ ਸੋ ਪਿਊਬਰਟੀ ਦੇ ਵਿੱਚ ਤੁਹਾਡੇ ਹੱਡੀਆਂ ਦਾ ਵਿਕਾਸ ਹੋਏਗੀ ਤੁਹਾਡੇ ਮਸਲਸ ਦੀ ਵਿਕਾਸ ਹੋਏਗੀ ਤੁਹਾਡੇ ਬਾਡੀ ਦੇ ਚੇਂਜਸ ਆਏਗੀ ਔਰ ਜਿਹੜੀਆਂ ਸਾਡੀਆਂ ਹੱਡੀਆਂ ਦੇਖੋ ਜਦੋਂ ਅਸੀਂ ਨਿਆਣੇ ਸੀ ਅਸੀਂ ਲੰਬੇ ਹੋ ਰਹੇ ਸੀ ਲੇਕਿਨ ਅਸੀਂ ਜਦੋਂ ਜਵਾਨ ਹੋ ਗਏ ਸਾਡੇ ਹੱਡੀਆਂ ਦੇ ਦੋਵੇਂ ਪਾਸੇ ਜਿਹੜੀ ਗਰੋਥ ਪਲੇਟ ਹੈ ਉਹ ਫਿਊਜ਼ ਹੋ ਜਾਂਦੀਆਂ ਫਿਰ ਅਸੀਂ ਹੋਰ ਗਰੋ ਨਹੀਂ ਹੋਣਾ ਉਹ ਸਾਡੀ ਫਾਈਨਲ ਹਾਈਟ ਹੋ ਜਾਂਦੀ ਹੈ ਮੁੰਡਿਆਂ ਦੇ ਵਿੱਚ ਇਹੀ ਹਾਰਮੋਨ ਜਿਹੜਾ ਬ੍ਰੇਨ ਤੋਂ ਰਿਲੀਜ਼ ਹੁੰਦਾ ਉਹਨਾਂ ਦੇ ਜਿਹੜੇ ਅੰਡੇ ਆ ਜਿਹਨੂੰ ਆਪਾਂ ਟੈਸਟਿਕਲਸ ਕਹਿੰਦੇ ਆ ਉਹਦੇ ਉੱਤੇ ਅਸਰ ਕਰਦਾ ਔਰ ਇੱਕ ਜਿਹੜਾ ਛੋਟਾ ਬੱਚਾ ਜਿਹੜਾ ਪੀਬਰਟੀ ਦੇ ਥਰੂ ਨਹੀਂ ਜਾ ਰਿਹਾ ਉਦੋਂ ਜਿਹੜਾ ਟੈਸਟਿਕਲ ਦਾ ਸਾਈਜ਼ ਹੈ ਕਰੀਬਨ 2 ਸੈਂਟੀਮੀਟਰ ਦੇ ਲਾਗੇ ਚਾਗੇ ਹੁੰਦਾ ਤੇ ਉਹਦੇ ਵਿੱਚ ਵਾਧਾ ਹੁੰਦਾ ਉਸ ਤੋਂ ਹਾਰਮੋਨ ਬਣਦਾ ਟੈਸਟੋਸਟੀਰੋਨ ਉਹਦੇ ਨਾਲ ਉਹਦੇ ਜਿਹੜੇ ਲਿੰਗ ਹੈਗਾ ਉਹਦਾ ਸਾਈਜ਼ ਉਹਦਾ ਆਕਾਰ ਜਿਹੜੇ ਮਸਲਸ ਆ ਬੋਨਸ ਆ ਮੂੰਹ ਦੇ ਉੱਤੇ ਵੀ ਵਾਲ ਹੋਣੇ ਦਾੜ੍ਹੀ ਆਉਣੀ ਮੋਛੋਣੀ ਕੱਛਾਂ ਚ ਔਰ ਥੱਲੇ ਪ੍ਰਾਈਵੇਟ ਪਾਰਟ ਦੇ ਉਹ ਸਾਰਾ ਕੁਝ ਹੁੰਦਾ ਸੋ ਇਹ ਵੀ ਪ੍ਰੋਸੈਸ ਜਿਹੜਾ ਹੈਗਾ ਇਹ ਟੋਟਲ ਕਰੀਬਨ 4-5 ਸਾਲ ਤੱਕ ਚੱਲਦਾ ਔਰ ਸਾਨੂੰ ਬੱਚਾ ਨੂੰ ਇਹ ਨੌਲੇਜ ਦੇਣੀ ਚਾਹੀਦੀ ਆ ਕਿਉਂਕਿ ਅਗਰ ਆਪਾਂ ਆਖੀ 8 ਸਾਲ ਦੀ ਗੁੱਡੀ ਅਗਰ ਪਿਊਬਰਟੀ ਦੇ ਥਰੂ ਤਿਆਰੀ ਆ ਤਾਂ ਕੈਨੇਡਾ ਦੇ ਵਿੱਚ ਤੋਂ ਗ੍ਰੇਡ 3 'ਚ ਹੋਏਗੀ ਔਰ ਉਹਨੂੰ ਬਕਾਇਦਾ ਪੂਰੀ ਐਜੂਕੇਸ਼ਨ ਹੋਣੀ ਚਾਹੀਦੀ ਆ ਪ੍ਰੀਪੇਅਰ ਵੀ ਹੋਣਾ ਚਾਹੀਦਾ ਨਾਲ ਸੈਨੀਟਰੀ ਪੈਡ ਵੀ ਹੋਣੇ ਚਾਹੀਦੇ ਆ ਜਸਟ ਇਨ ਕੇਸ ਅਗਰ ਸਕੂਲ ਜਾ ਰਹੀ ਆ ਉੱਥੇ ਪੀਰੀਅਡ ਸ਼ੁਰੂ ਹੋ ਗਿਆ ਤੇ ਉਹਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਜਿਹੜੇ ਮੁੰਡੇ ਆ ਕਰੀਬਨ ਜਦੋਂ 2-3 ਸਾਲ ਪਿਊਬਰਟੀ ਦੇ ਥਰੂ ਨੰਗਨ ਤਕਈ ਵਾਰ ਰਾਤ ਨੂੰ ਨਾਨੂ ਜਿਵੇਂ ਇਜੈਕੂਲੇਸ਼ਨ ਵੀ ਹੁੰਦਾ ਔਰ ਇਹ ਨਾਰਮਲ ਹੁੰਦਾ ਇਹਦੇ ਵਿੱਚ ਬਾਡੀ ਪ੍ਰੀਪੇਅਰ ਕਰ ਰਹੀ ਹੁੰਦੀ ਆ ਵੀ ਜਿਹੜਾ ਸਿਸਟਮ ਆ ਪੂਰੀ ਤਰ੍ਹਾਂ ਉਹ ਕੰਮ ਕਰਦਾ ਕਿ ਨਹੀਂ ਕਰਦਾ ਜਿਹੜਾ ਕੁਦਰਤ ਆ ਉਹ ਤੁਹਾਡੇ ਬੱਚੇ ਨੂੰ ਤਿਆਰ ਕਰ ਰਿਹਾ ਵੀ ਉਹ ਜਵਾਨ ਹੋਵੇ ਉਹ ਕੁਦਰਤ ਦਾ ਮਨੋਰਥ ਹੈ ਕਿ ਵੀ ਜਵਾਨ ਹੋ ਕੇ ਗਾਂ ਇਹਨਾਂ ਦੇ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਇਹਨਾਂ ਤੋਂ ਬੱਚੇ ਪੈਦਾ ਹੋਣ ਸੋ ਇਹ ਸਾਰਾ ਕੁਝ ਕੁਦਰਤ ਜਿਹੜਾ ਹੈਗਾ ਪਿਊਬਰਟੀ ਦੇ ਥਰੂ ਕਰਵਾ ਰਿਹਾ ਔਰ ਇੱਕ ਨੇਚਰਲ ਪ੍ਰੋਸੈਸ ਹੈਗਾ ਅੱਜ ਤੋਂ ਕਰੀਬਨ 25 ਸਾਲ ਪਹਿਲਾਂ ਜਦੋਂ ਮੈਂ BC ਚਿਲਡਰਨਸ ਹਸਪੀਟਲ ਵੈਂਕੂਵਰ ਕੰਮ ਕਰਦਾ ਸੀ ਉਦੋਂ ਕੁੜੀਆਂ ਦੀ ਉਮਰ 9 ਸਾਲ ਤੇ ਮੁੰਡਿਆਂ ਦੀ ਉਮਰ 10 ਸਾਲ ਦੱਸੀ ਜਾਂਦੇ ਸੀ ਵੀ ਇਹ ਘੱਟ ਤੋਂ ਘੱਟ ਏਜ ਆ ਜਦੋਂ ਪਿਊਬਰਟੀ ਸਟਾਰਟ ਹੋ ਸਕਦੀ ਆ ਹੁਣ ਜਿਹੜੀ ਕੁੜੀਆਂ ਦੀ ਉਮਰ 8 ਸਾਲ ਦੀ ਦੱਸੀ ਜਾ ਰਹੀ ਆ ਤੇ ਮੁੰਡਿਆਂ ਦੀ 9 ਸਾਲ ਦੀ ਹੁਣ ਇਹਦੇ ਵਿੱਚ ਸਾਇੰਸ ਬੜੀ ਡਿਬੇਟ ਕਰ ਰਹੀ ਹੈ ਵੀ ਇਹ ਕਿਉਂ ਹੋਇਆ ਆਣ ਵਾਲੇ ਪਿਛਲੇ 2 2.5 ਦਹਾਕਿਆਂ ਦੇ ਵਿੱਚ ਇਹ ਚੇਂਜ ਕਿਉਂ ਆਇਆ ਅਗਰ ਆਪਾਂ ਦੇਖੀਏ ਅਸਲ 100 ਸਾਲ ਪਹਿਲਾਂ ਤਾਂ ਕੁੜੀਆਂ ਦੀ ਔਸਤ ਉਮਰ 13-14 ਸਾਲ ਦੀ ਸੀ ਮੁੰਡਿਆਂ ਦੀ 16 ਸਾਲ ਹੁੰਦੀ ਸੀ ਲੇਕਿਨ ਇਹਦੇ ਕਈ ਫੈਕਟਰਸ ਹੈਗੇ ਆ ਪਹਿਲਾ ਸਭ ਤੋਂ ਵੱਡਾ ਫੈਕਟਰ ਇਹ ਹੈਗਾ ਵੀ ਅਸੀਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਜਿੱਦੀ ਆਬੋ ਹਵਾ ਬੜੀ ਸੋਹਣੀ ਆ ਕੋਈ ਪੋਲੂਸ਼ਨ ਨਹੀਂ ਹੈਗਾ ਖਾਣਾ ਬੜਾ ਸ਼ੁੱਧ ਹੈਗਾ ਦੂਜਾ ਜਿਹੜਾ ਸਾਡਾ ਹੈਲਥ ਹੈਗਾ ਉਹਦੇ ਵਿੱਚ ਰੋਗ ਜਿਹੜੇ ਹੈਗੇ ਆ ਲਗਭਗ ਬਹੁਤ ਘੱਟ ਹੁੰਦੇ ਬੱਚਿਆਂ ਦੇ ਵਿੱਚ ਅਸੀਂ ਪ੍ਰੀਵੈਂਟ ਕਰ ਚੁੱਕੇ ਆ ਵੈਕਸੀਨੇਸ਼ਨ ਦੇ ਨਾਲ अर्ਲੀ ਡਾਇਗਨੋਸਿਸ ਦੇ ਨਾਲ ਤੀਜਾ ਜਿਹੜਾ ਹੈਗਾ ਬ੍ਰੇਨ ਦਾ ਵਿਕਾਸ ਜਿਹੜਾ ਹੈਗਾ ਸ਼ਾਇਦ ਟੈਕਨੋਲੋਜੀ ਕਰ ਰਹੀ ਆ ਸ਼ਾਇਦ ਉਹਨਾਂ ਨੂੰ ਪ੍ਰੀਮ ਕਰ ਰਹੀ ਆ ਔਰ ਚੌਥਾ ਜਿਹੜਾ ਸਾਡੇ ਖਾਣੇ ਦੇ ਵਿੱਚ ਖਾਸ ਕਰਕੇ ਹੋ ਸਕਦਾ ਵੀ ਐਸਟ્રોਜਨ ਕੰਟੇਨਿੰਗ ਸਬਸਟੈਂਸ ਜੋਂ ਕਿਉਂਕਿ ਜਿਹੜਾ ਐਸਟ્રોਜਨ ਹਾਰਮੋਨ ਹੈਗਾ ਉਹ ਛਾਤੀ ਨੂੰ ਡਵੈਲਪ ਕਰਦਾ ਗੁੱਡੀਆਂ ਦੇ ਵਿੱਚ ਹੋ ਸਕਦਾ ਫੂਡ ਸੋਰਸ ਤੋਂ ਵੀ ਆ ਰਿਹਾ ਹੋਏ ਮੇਰੀ ਮੁਰਾਦ ਹੈ ਕਈ ਜਿਹੜੇ ਵੈਜੀਟੇਬਲਸ ਆ ਐਨੀਮਲਸ ਆ ਉਹਨਾਂ ਨੂੰ ਟੀਕੇ ਲਾਏ ਜਾਂਦੇ ਆ ਉਹ ਪਸ਼ੂਆਂ ਨੂੰ ਜਾਂ ਸਬਜ਼ੀਆਂ ਨੂੰ ਜਿਹਦੇ ਨਾਲ ਉਹ ਪ੍ਰੋਡਕਸ਼ਨ ਜਿਆਦਾ ਹੋਵੇ ਸੋ ਉਹ ਵੀ ਇੱਕ ਹਾਰਮੋਨ ਹੀ ਹੁੰਦਾ ਸ਼ਾਇਦ ਉਸ ਤੋਂ ਆ ਰਿਹਾ ਹੋਵੇ ਲੇਕਿਨ ਓਵਰਆਲ ਜਿਹੜੇ ਹੈਗੇ ਆ ਅਸੀਂ ਦੇਖ ਰਹੇ ਹਾਂ ਵਰਲਡ ਪੱਧਰ ਤੇ ਵੀ ਜਿਹੜੀ ਹਰ ਕੰਟਰੀ ਦੇ ਵਿੱਚ ਪਿਊਬਰਟੀ ਦੀ ਦਰ ਆ ਉਹ ਛੇਤੀ ਹੋ ਰਹੀ ਆ ਅਗਰ ਟਾਈਮ ਤੋਂ ਪਹਿਲਾਂ ਪਿਊਬਰਟੀ ਹੋ ਜਾਏ ਤੇ ਬਕਾਇਦਾ ਆਪਣੇ ਡਾਕਟਰ ਨੂੰ ਜਾਂ ਬੱਚਿਆਂ ਦੇ ਸਪੈਸ਼ਲਿਸਟ ਨੂੰ ਦਿਖਾਉਣਾ ਚਾਹੀਦਾ ਉਹਦੇ ਵੱਖ-ਵੱਖ ਕਾਰਨ ਹੋ ਸਕਦੇ ਆ ਮੇਰੇ ਕੋਲ ਪ੍ਰੈਕਟਿਸ 'ਚ ਗੁੱਡੀਆਂ ਹੈਗੀਆਂ 2 ਸਾਲ ਦੀਆਂ 4 ਸਾਲ ਦੀਆਂ ਜਿਨ੍ਹਾਂ ਦੇ ਪੀਰੀਅਡ ਸ਼ੁਰੂ ਹੁੰਦੇ ਆ ਦੇਖੋ ਉਹ ਅਰਲੀ ਹੈਗਾ ਤੇ ਸਾਨੂੰ ਉੱਚ ਇਨਵੈਸਟੀਗੇਸ਼ਨ ਕਰਨੇ ਪੈਣੇ ਆ ਇਨਵੈਸਟੀਗੇਸ਼ਨ ਕਰਕੇ ਅਸੀਂ ਕਾਰਨ ਲੱਭਦੇ ਕੀ ਆ ਫਿਰ ਉਹਨੂੰ ਅਸੀਂ ਬਲਾਕ ਕਰਦੇ ਐਕਚੁਅਲੀ ਲਿਉਪਰੋਨ L U P R O N ਕਰਕੇ ਇੱਕ ਮੈਡੀਕੇਸ਼ਨ ਹੁੰਦੀ ਆ ਜਿਹੜੇ ਟੀਕੇ ਦੇ ਰੂਪ ਚ ਹਰ ਤਿੰਨ ਕ ਮਹੀਨੇ ਬਾਅਦ ਦੇਣੀ ਪੈਂਦੀ ਆ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਪਿਊਬਰਟੀ ਆ ਉਹਨੂੰ ਬਲਾਕ ਕਰੀਏ ਅਰੈਸਟ ਕਰੀਏ ਕਿਉਂ ਐਦਾਂ ਕਰ ਰਹੇ ਆ ਕਿਉਂਕਿ ਉਹਨਾਂ ਨੇ ਬਹੁਤ ਮਧਰੇ ਰਹਿ ਜਾਣਾ ਬਹੁਤ ਛੋਟੇ ਰਹੇ ਹਨ ਉਹਨਾਂ ਦਾ ਕਿਉਂਕਿ ਮੈਂ ਦੱਸਿਆ ਸੀ ਪਿਊਬਰਟੀ ਦੇ ਬਾਅਦ ਹੀ ਸਾਡਾ ਜਿਹੜੇ ਹੱਡੀਆਂ ਉਹਨਾਂ ਦੀ ਜਿਹੜੀ ਗਰੋਥ ਹੈ ਮੈਕਸਿਮਮ ਹੁੰਦੀ ਆ ਸੋ ਉਹਨਾਂ ਦੀ ਮਾਨਸਿਕਤਾ ਹੁਣ 2 ਸਾਲ ਦੀ ਬੱਚੀ ਉਹਨੂੰ ਕੀ ਪਤਾ ਹਨਾ ਵੀ ਮੇਰੇ ਨਾਲ ਸਰੀਰ 'ਚ ਕੀ ਹੋ ਰਿਹਾ ਸੋ ਉਹਦੀ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ ਰਿਸਰਚ ਸਾਨੂੰ ਇਹ ਸ਼ੋ ਕਰਦਾ ਵੀ ਕੁੜੀਆਂ ਜਿਹੜੀਆਂ ਬਹੁਤ अर्ਲੀ ਪਿਊਬਰਟੀ ਦੇ ਥਰੂ ਜਾਂਦੀਆਂ ਉਹਨਾਂ ਦੇ ਮਨ ਦੇ ਉੱਤੇ ਬੜਾ ਸਟ्रेस ਹੁੰਦਾ ਬੋਝ ਹੁੰਦਾ ਕਈ ਵਾਰ ਉਹਨਾਂ ਦਾ ਸ਼ੋਸ਼ਣ ਵੀ ਹੁੰਦਾ ਜਿਵੇਂ ਲਿੰਗਿਕ ਸ਼ੋਸ਼ਣ ਵੀ ਹੁੰਦਾ ਹੈ ਬੜੀ ਵੱਡੀ ਸਟੱਡੀ ਆਈ ਹੈ ਅਮਰੀਕਾ ਤੋਂ ਸੋ ਇਸ ਲਈ ਉਹਨਾਂ ਨੂੰ ਬਾਕਾਇਦਾ ਐਜੂਕੇਸ਼ਨ ਦੱਸਣਾ ਚਾਹੀਦਾ ਵੀ ਅਸੀਂ ਜਿਹੜੇ ਹੈਗੇ ਆ ਆਪਣੇ ਜਿਹੜੇ ਸਾਡੇ ਜਿਹੜੇ ਅੰਗ ਚੇਂਜ ਹੋ ਰਹੇ ਆ ਉਹ ਬਿਲਕੁਲ ਨਾਰਮਲ ਆ ਔਰ ਸਾਡੀ ਜਿਹੜੀ ਪ੍ਰਾਈਵੇਸੀ ਆ ਕੋਈ ਉਹਦੀ ਉਲੰਘਣਾ ਨਾ ਕਰੇ ਜਿਹੜੇ ਮੁੰਡੇ ਆ ਅਗਰ ਥੋੜੇ अर्ਲੀ ਜਵਾਨ ਹੋਣੇ ਸ਼ੁਰੂ ਹੋ ਜਾਣ ਤੇ ਉਹਨਾਂ ਨੂੰ ਬੜਾ ਪੋਜ਼ਿਟਿਵ ਗਿਣਿਆ ਜਾਂਦਾ ਵੀ ਇਹਦੀ ਆਵਾਜ਼ ਗਹਿਰੀ ਹੋ ਗਈ ਮਰਦਾਨੀ ਹੋ ਗਈ ਆ ਇਹਦਾ ਜਿਹੜਾ ਕੱਦ ਕਾਠ ਆ ਉਹ ਵਧਿਆ ਜਾ ਰਿਹਾ ਸੋ ਉਹਨੂੰ ਇੱਕ ਲੀਡਰ ਗਿਣਿਆ ਜਾਂਦਾ ਔਰ ਕੁੜੀ ਜਿਹੜੀ ਹੈਗੀ ਅਜਾ ਟਾਈਮ ਮਤਲਬ 8-9 ਸਾਲ ਦੀ ਤੇ ਉਹਦੇ ਉੱਤੇ ਮਾਪੇ ਨੂੰ ਬੜੀ ਚਿੰਤਾ ਹੁੰਦੀ ਆ ਵੀ ਉਹਨੂੰ ਇੱਕ ਨੈਗੇਟਿਵ ਗਿਣਿਆ ਜਾਂਦਾ ਹਾਲਾਂਕਿ ਉਹ ਕੁਦਰਤੀ ਨੇਚਰਲ ਇਵੈਂਟ ਆ ਅਗਰ ਕੁੜੀ ਥੋੜਾ ਲੇਟ ਜਿਵੇਂ 15 16 ਸਾਲ ਚ ਜਵਾਨ ਹੋ ਰਹੀ ਹੋ ਨਾ ਪੋਜ਼ਿਟਿਵ ਕਿਨਿਆ ਜਾ ਰਿਹਾ ਹੈ ਵੀ ਹਾਂ ਇਹ ਕੋਈ ਗੱਲ ਨਹੀਂ ਚੰਗੀ ਗੱਲ ਹੈਗੀ ਆ ਇਹ ਵੱਧੂਗੀ 18 20 ਸਾਲ ਤੱਕ ਸੋ ਇਹ ਸਾਰੇ ਕਲਚਰਲ ਜਿਹੜੇ ਚੀਜ਼ਾਂ ਹੈਗੇ ਸਾਨੂੰ ਅਵਾਚਣੀਆਂ ਚਾਹੀਦੀਆਂ ਬੱਚੇ ਬੜੇ ਅਤਮੋਲ ਦਾਤ ਪਰਮਾਤਮਾ ਨੇ ਦਿੱਤੇ ਆ ਲੇਕਿਨ ਉਹਨਾਂ ਦੀ ਜਿਹੜੀ ਹੈਲਥ ਆ ਉਹਨਾਂ ਦੇ ਜਿਹੜੇ ਵਿਕਾਸ ਹੋ ਰਿਹਾ ਮਨ ਦੇ ਵਿੱਚ ਉਹਨਾਂ ਦਾ ਜਿਹੜਾ ਬਾਡੀ 'ਚ ਚੇਂਜ ਹੋ ਰਿਹਾ ਸਾਨੂੰ ਇੱਕ ਕਮਿਊਨੀਕੇਸ਼ਨ ਦੇ ਤੌਰ ਤੇ ਉੱਤੇ ਕਰਨਾ ਚਾਹੀਦਾ ਜਿਹੜੇ ਮਦਰਸ ਹੈਗੀਆਂ ਉਹ ਮੈਂ ਦੇਖਿਆ ਬੈਟਰ ਕਮਿਊਨੀਕੇਟਰ ਆ ਲੇਕਿਨ ਮੈਂ ਫਾਦਰਸ ਨੂੰ ਵੀ ਕਹਾਂਗਾ ਵੀ ਉਹ ਵੀ ਇਸ ਵਿਸ਼ੇ 'ਚ ਆਪਣੇ ਬੱਚਿਆਂ ਦੇ ਨਾਲ ਮੁੰਡਿਆਂ ਦੇ ਨਾਲ ਗੱਲ ਕਰਨ ਮੈਨੂੰ ਚੇਤਾ ਜਦ ਮਿਰਚ ਚੇਚੇਸ ਹੋ ਰਹੀ ਸੀ ਕੋਈ ਮੇਰੇ ਨਾਲ ਇੰਨੇ ਨਹੀਂ ਕਰਦਾ ਸੀ ਮੈਨੂੰ ਆਪਣੇ ਟੀਚਰ ਦੇ ਨਾਲ ਗੱਲ ਕਰਨੀ ਪੈਂਦੀ ਸੀ ਸੋ ਪਲੀਜ਼ ਆਪਣੇ ਬੱਚਿਆਂ ਦੇ ਨਾਲ ਕਮਿਊਨੀਕੇਟ ਕਰਿਆ ਕਰੋ ਪੀਬਰਟੀ ਇੱਕ ਨੈਚੁਰਲ ਫੀਨੋਮਨਾ ਹੈਗਾ ਔਰ ਇਸ ਤੋਂ ਡਰਨ ਦੀ ਲੋੜ ਨਹੀਂ ਹਾਂ ਬਾਡੀ ਚੇਂਜ ਹੋ ਰਹੀ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਔਰ ਮਾਪੇ ਵੀ ਇਸ ਦੌਰ ਤੋਂ ਗਏ ਸੀ ਤਾਂ ਬੈਟਰ ਜਿਹੜੇ ਕਾਉਂਸਲਰ ਹੈਗੇ ਆ ਤੁਹਾਡੇ ਮਾਪੇ ਵੀ ਹੈਗੇ ਆ ਜਿਹੜੇ ਤੁਹਾਨੂੰ ਇਸ ਬਾਰੇ ਸਮਝਾ ਸਕਦੇ ਆ ਅਸੀਂ ਇਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ ਔਰ ਕਿਉਂਕਿ ਵਿਸ਼ਾ ਬੜਾ ਵੱਡਾ ਸਮੁੰਦਰ ਵਰਗਾ ਵਿਸ਼ਾ ਔਰ ਇਹਦੀ ਜਿਵੇਂ ਮੈਂ ਪਹਿਲ ਵੀ ਕਿਹਾ ਸੀ ਕਦੀ ਗੱਲ ਨਹੀਂ ਖੁੱਲ ਕੇ ਹੋਈ ਸੋ ਸਾਨੂੰ ਹੋਰ ਟਾਈਮ ਲੱਗੇਗਾ ਅਸੀਂ ਫੇਰ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਰੂਬਰੂ ਹੋਵਾਂਗੇ ਅਸੀਂ ਬਹੁਤ ਹੀ ਬਧਾਈ ਦਿੰਦੇ ਆ ਪਲੱਸ ਟੀਵੀ ਨੂੰ ਜਿਨ੍ਹਾਂ ਨੇ ਬੀੜਾ ਚੁੱਕਿਆ ਵੀ ਤੁਹਾਡੀ ਸਿਹਤ ਕਿਉਂਕਿ ਹੈਲਥ ਇਜ਼ ਵੈਲਥ ਅਗਰ ਸਿਹਤ ਠੀਕ ਆ ਤੇ ਸਾਰਾ ਕੁਝ ਠੀਕ ਆ ਗਿਆਨੀ ਸੰਤ ਸਿੰਘ ਮਸਕੀਨ ਕੇੰਦੇਸੇ ਵੀ ਅਗਰ ਤੁਹਾਡੇ ਕੋ ਥੋੜੀ ਮਾਇਆ ਚਲੀ ਗਈ ਤੇ ਕੋਈ ਹਰਜ ਨਹੀਂ ਲੇਕਿਨ ਅਗਰ ਸਿਹਤ ਚਲੀ ਗਈ ਤੇ ਸਾਰਾ ਕੁਝ ਚਲਾ ਗਿਆ ਸੋ ਸਿਹਤ ਜਿਹੜੀ ਬੜੀ ਜ਼ਰੂਰੀ ਹੈਗੀ ਆ ਕਿਉਂਕਿ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਬਜਹ ਹਰ ਕੀ ਸੇਵ ਬਜੋ ਗੋਬਿੰਦ ਭੁੱਲ ਮਤ ਜਾਓ ਮਾਨ ਜਨਮ ਕਾ ਇਹ ਹੀ ਲਾਭ